हालात तो तुहाडे सामने आ हुण, तुहानूं अपने आप किसानां ने जिहड़ियां मुश्किलां सी उह सारियां दस दित्तियां। देखो जी, मंडी 'च ढेर लगे पए आ ते इक पासे सरकार दावा करदी वी असीं झोने की खरीद स्टार्ट करती आ, पर इन्हां ने खरीद स्टार्ट नहीं कीती। पेंडू इलैक्शन सिर ते खड़ा, पेंडू इलैक्शन दे विच इन्हां दे MLA वगैरह जा के प्रचार करदे पए आ। जिहड़े किसान दी इन्हां बांह फड़नी उह किसान रुलदा पिया, जिहड़े इत्थे फैक्ट्रियां दे मालक ने, शैलरां दे मालक ने, ਉਹ ਕਿਸਾਨਾਂ ਨਾਲ 5-5 ਕਿਲੋ, 10-10 ਕਿਲੋ, 13-13 ਕਿਲੋ ਕਾਟ ਕੱਟਦੇ ਪਏ ਆ। ਮੀਨਿੰਗ ਇਹਨਾਂ ਨੇ ਇੱਕ ਕੱਲ ਬੋਲੀ ਜਿਹੜੀ ਸਟਾਰਟ ਕੀਤੀ SDM ਸਾਹਿਬ ਦੀ ਵਾਰਡ ਲਈ, ਅਸੀਂ ਬੋਲੀ ਸਟਾਰਟ ਕਰਤੀ। ਅੱਜ ਦੇ ਹਾਲਾਤ ਇਹ ਆ, ਕੱਲ ਇਹਨਾਂ ਸਿਰਫ ਕਿਸਾਨ ਜਥੇਬੰਦੀਆਂ ਨੇ, ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਬਿਆਨ ਦਿੱਤਾ ਸੀ ਵੀ ਜੇ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾ ਫੜੀ ਅਸੀਂ ਜਲਦ ਕੋਈ ਐਕਸ਼ਨ ਲਵਾਂਗੇ। ਉਹਨਾਂ ਹਾਲਾਤਾਂ ਨੂੰ ਦੇਖਦੇ ਇੱਕ ਦਿਨ ਵਾਸਤੇ ਇਹਨਾਂ ਨੇ ਕੋਈ ਖਾਸ ਕੋਈ ਇੱਕ ਜ਼ਿਮੇਵਾਰ ਦੀਆਂ 1-2 ਢੇਰੀਆਂ ਤੋਲ ਲੀਆਂ, ਬਾਕੀ ਸਾਰਾ ਕੁਝ ਪਿਆ ਆ ਉਦਾਂ ਦੇ ਉਦਾਂ। ਹੁਣ ਤੁਸੀਂ ਆਪਣੇ ਕਿੰਨੇ ਕਿਸਾਨਾਂ ਨਾਲ ਗੱਲ ਕੀਤੀ ਹੈ? ਤੁਸੀਂ ਹਾਲਾਤ ਗਰਾਊਂਡ ਜ਼ੀਰੋ ਤੇ ਖੜੇ ਹੋ ਇਸ ਟਾਈਮ, ਠੀਕ ਹੈ? ਜਿਹੜੇ ਉਹਨਾਂ ਦੇ ਝੂਠੇ ਵਾਅਦੇ ਖੋਖਲੇ, ਉਹਨਾਂ ਦੀ ਹਵਾ ਨਿਕਲੀ ਪਈ ਹੈ ਇੱਥੇ ਇਸ ਟਾਈਮ। ਜਿਹੜਾ ਕਿਸਾਨ ਨੂੰ, ਪਹਿਲੀ ਗੱਲ ਤਾਂ ਸਾਡੀ ਜਿਹੜੀ ਬਾਸਪਤੀ ਸੀ ਪਿਛਲੇ ਕਿਹੜੇ 4500 ਰੁਪਇਆ ਰੇਟ ਸੀ, ਇਸ ਟਾਈਮ ਉਹ 3200-3300 ਰੁਪਇਆ ਚੁੱਕਦੇ ਪਏ ਆ। 10 ਕਿਲੋ ਨੂੰ ਕਾਟ ਲਾਈ ਬੈਠੇ ਆ, ਤੇ ਤੁਸੀਂ ਕਿੱਦਾਂ ਪਕੜ ਸਕਦੇ ਹੋ ਸਰਕਾਰ ਦਾ ਦਾਣਾ ਚੱਕੇਗੀ? ਸਰਕਾਰ ਦਾ ਸਿਰਫ ਜ਼ੋਰ ਲੱਗਾ ਖੜਾ ਹੈ ਜਿਹੜਾ ਹੈਗਾ ਸੀ ਵੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਆਪਣੀ ਜਾਣੀ ਕਿ ਮਾੜੀ ਮੋੜੀ ਇੱਜ਼ਤ ਬਚਾਉਣ ਵਾਸਤੇ ਪੇਂਡੂ ਇਲੈਕਸ਼ਨ ਜਿਹੜਾ ਜਿੱਤ ਲਈਏ। ਇਹ ਮੈਂ ਆਹ ਕਿਸਾਨ ਭਰਾ ਬੈਠੇ ਆ ਇਹਨਾਂ ਨੂੰ ਅੱਜ ਵੀ ਦੱਸਦਾ, ਇਹਨਾਂ ਨੇ ਐਕਤੀ ਝੋਨਾ ਰੋਲਣਾ, ਠੀਕ ਆ? ਜਦੋਂ ਇਹਨਾਂ ਨੂੰ ਪਤਾ ਸੀਗਾ ਵੀ ਸਾਡੇ ਕੋਲ ਗੋਦਾਮਾਂ ਦੇ ਵਿੱਚ ਸਾਡੇ ਕੋਲ ਚੌਲ ਪਏ ਨੇ, ਇਹਨਾਂ ਨੇ ਕਿਉਂ ਨਹੀਂ ਚੌਲ ਸੈਂਟਰ ਸਰਕਾਰ ਤੋਂ ਚੁਕਾਏ? ਇਹਨਾਂ ਨੇ ਸੈਂਟਰ ਸਰਕਾਰ ਤੋਂ ਚੌਲ ਨਹੀਂ ਚੁਕਾਏ। ਇਸ ਟਾਈਮ ਜਿਹੜੇ ਹੈਗੇ ਆਪਣੇ ਸ਼ੈਲਰ ਮਾਲਕ, ਉਹ ਹੜਤਾਲ 'ਤੇ ਬੈਠੇ ਸੀ, ਆੜ੍ਹਤੀ ਹੜਤਾਲ 'ਤੇ ਬੈਠੇ ਸੀ, ਕਿਉਂ ਨਹੀਂ ਉਹਨਾਂ ਨੂੰ ਮੀਟਿੰਗਾਂ ਕਰਕੇ ਪਹਿਲਾਂ ਤਿਆਰ ਕੀਤਾ? ਇਹ ਸਿਰਫ ਅਤੇ ਸਿਰਫ ਕਿਸਾਨ ਨੂੰ ਮਾਰਨ ਲੱਗੇ ਖੜੇ ਆ, ਕੋਈ ਗੱਲਬਾਤ ਨਹੀਂ। ਮੈਂ ਸ਼ੈਲਰ ਮਾਲਕਾਂ ਨੂੰ ਵੀ ਇੱਕ ਅਪੀਲ ਕਰਦਾ, ਬੇਨਤੀ ਕਰਦਾ, ਜਿੱਥੇ ਕਿਸਾਨਾਂ ਦੀ ਸਰਕਾਰਾਂ ਦੁਸ਼ਮਣ ਬਣੀਆਂ ਖੜੀਆਂ, ਤੁਸੀਂ ਵੀ ਸੋਨੇ ਦੀ ਜਿਹੜੀ ਮੁਰਗੀ ਆਂਡਾ ਦਿੰਦੀ ਉਹਨੂੰ ਖਾਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਜੇ ਕਿਸਾਨ ਰਹੇਗਾ ਤਾਂ ਹਰੇਕ ਬੰਦੇ ਦਾ ਬਿਜ਼ਨਸ ਚੱਲੇਗਾ, ਜੇ ਸਰਕਾਰ ਕਿਸਾਨ ਮਾਰਿਆ ਗਿਆ ਤਾਂ ਕਿਸੇ ਦਾ ਵੀ ਨਹੀਂ ਚੱਲਣਾ। ਇਸ ਕਰਕੇ ਹਾਲੀ ਤੁਹਾਡਾ 6 ਮਹੀਨੇ ਲੱਗ ਜਾਣੇ ਆ, ਜਾਣੀ ਕਿ ਚੌਲ ਤੁਹਾਨੂੰ ਉੱਥੇ ਪਹੁੰਚਾਉਣ ਲਈ ਤੁਸੀਂ ਸ਼ੈਲਰਾਂ 'ਚ ਸਟੋਕ ਕਰਨਾ, ਤੁਸੀਂ ਇਹਨੂੰ ਸਾਰੇ ਨੂੰ ਖਰੀਦੋ ਇਮਾਨਦਾਰੀ ਨਾਲ ਅਤੇ ਸ਼ੈਲਰਾਂ ਦੇ ਵਿੱਚ ਇਹਨੂੰ ਸਟੋਕ ਕਰੋ। ਬਸ ਝੂਠ ਦੇ ਪਲੰਦਾ ਸਾਰਾ, ਜਿਵੇਂ ਸਰਕਾਰ ਦਬਾਅ ਬਣਾ ਦਿੰਦੀ 1-2 ਦਿਨ ਵਾਸਤੇ, ਠੀਕ ਆ, ਹੁਣ ਇੱਥੇ ਏਜੰਸੀਆਂ ਕੀ ਕਰਦੀਆਂ? ਏਜੰਸੀਆਂ ਕਿਉਂ ਨਹੀਂ ਖਰੀਦੀਆਂ ਮਾਲ? ਖਰੀਦਣ ਏਜੰਸੀਆਂ, ਖਰੀਦਣ ਆਪੇ ਸ਼ੈਲਰ ਚੁੱਕਣਗੇ, ਸ਼ੈਲਰਾਂ ਨੂੰ ਅਲੋਟਮੈਂਟ ਕਰਨ ਜਿੰਨਾ ਉਹਨਾਂ ਨੂੰ ਚਾਹੀਦਾ, ਕਿਉਂਕਿ ਸਾਰਿਆਂ ਦੀ ਮਿਲੀ ਭੁਗਤਾ ਉਹਨਾਂ ਦਾ ਇੱਕ ਢਾਂਚਾ ਵੀ ਕਿਸਾਨ ਉਹ ਜਿਵੇਂ ਦੱਸਿਆ 10 ਦਿਨ ਵਾਸਤੇ ਅਸੀਂ ਰੱਬ ਤੁਹਾਡਾ ਭਲਾ ਕਰੇ ਇੱਥੇ ਬੈਠੇ ਹਾਂ, ਹੁਣ ਜਿਹੜਾ 10 ਦਿਨ ਵਾਸਤੇ ਬੈਠਾ ਤਾਂ ਉਹ ਤਾਂ ਆਪੇ ਕਰੇਗਾ ਸੈਟਿੰਗ, 10 ਕਿਲੋ ਲੈ ਲਓ, 5 ਕਿਲੋ ਮੇਰੀ ਜਾਨ ਤਾਂ ਛੱਡੋ, ਉਹ ਜਾਨ ਛਡਾਉਣ ਵਾਸਤੇ ਝੋਨਾ ਦੇ ਕੇ ਜਾਵੇਗਾ। ਇਹ ਹਾਲਾਤ ਨੇ ਗਰਾਊਂਡ ਲੈਵਲ 'ਤੇ। ਸਾਡੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਕਿ ਆਪਣੇ ਜਿਹੜੇ ਤੇਰੇ MLA ਵਗੈਰਾ ਹੈਗੇ ਨੇ ਉਹਨਾਂ ਲਗਾਮ ਖਿੱਚੋ, ਉਹਨਾਂ ਦਾ ਧਿਆਨ ਮੰਡੀਆਂ ਵੱਲ ਕਰਵਾਵੋ। ਉਹ ਮੰਡੀਆਂ 'ਚ ਗੇੜਾ ਮਾਰਨ ਆਪਦੇ ਕਿਸਾਨਾਂ ਵੱਲ ਦੇਖਣ ਪਰੇਸ਼ਾਨ ਹੈ, ਕਿਉਂਕਿ ਉੱਥੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਇਲੈਕਸ਼ਨ ਅਸੀਂ ਪਿੰਡਾਂ ਦਾ ਫੇਰ ਕਰਾਉਣਾ, ਵੀ ਜਿਹੜੇ ਮਰਜ਼ੀ ਕੋਈ ਸਿੰਬਲ ਨਹੀਂ ਹੈਗਾ, ਸਾਡੇ ਸਰਪੰਚ ਸਾਡੇ ਹੋਣਗੇ ਸਾਰੇ, ਅਤੇ ਫਿਰ ਤੁਸੀਂ ਉੱਥੇ ਦਖਲਅੰਦਾਜ਼ੀਆਂ ਕਰੋ, ਦਖਲਅੰਦਾਜ਼ੀ ਜਿੱਥੇ ਕਰਨੀ ਉੱਥੇ ਕਰੋ, ਅਤੇ ਪ੍ਰਸ਼ਾਸਨ ਨਾਲ ਮੀਟਿੰਗਾਂ ਕਰੋ, ਅਤੇ ਇਹਨੂੰ ਝੋਨੇ ਦੀ ਕਿਸਾਨਾਂ ਦੀ ਬਾਂਹ ਫੜੋ, ਚੁਕਾਓ। 10 ਦਿਨ ਹੋ ਗਏ ਜੀ ਅਬੋਹਰ ਵਾਲੀ ਮੰਡੀ, 10 ਦਿਨ ਹੋ ਗਏ ਝੋਨਾ ਵੀ ਸੁੱਕਾ ਪਿਆ। ਕੱਲ੍ਹ ਮੁਕਤਸਰ ਵੀ ਚੈੱਕ ਕੀਤਾ ਸੀ, ਮੁਕਤਸਰ ਵੀ ਸੁੱਕਾ, ਬਿਲਕੁਲ ਝੋਨਾ 12-13 ਆਇਆ ਸੀ, ਅਤੇ ਕਹਿੰਦੇ ਤੋਲਾਂਗੇ ਸਵੇਰੇ, ਕੋਈ ਇੱਥੇ ਤੋਲਣ ਨਹੀਂ ਆਇਆ, ਕੋਈ ਕੁਛ ਨਹੀਂ ਆਇਆ। ਅੱਜ ਕਹਿੰਦੇ ਜੀ 10 ਕਿਲੋ ਕਾਟ ਲਾਂਗੇ ਜੀ, 12 ਲਾਂਗੇ ਜੀ, ਫਿਰ ਵੀ ਨਹੀਂ ਆਇਆ ਕੋਈ, ਕਾਟ 'ਤੇ ਵੀ ਨਹੀਂ ਆਇਆ ਕੋਈ, ਆਏ ਸੀ ਗੇੜਾ ਗੂੜਾ ਮਾਰ ਕੇ ਚਲੇ ਗਏ ਟੇਰੀਆਂ ਕੋਲ, ਕੋਈ ਸਮੱਸਿਆ ਨਹੀਂ, ਕਾਹਦੀ ਸਮੱਸਿਆ, ਝੋਨਾ ਸੁੱਕਾ ਪਿਆ, ਟੇਰੀਆਂ ਲੱਗੀਆਂ ਪਈਆਂ, ਕੋਈ ਤੋਲਦਾ ਨਹੀਂ, ਕੋਈ ਪ੍ਰਬੰਧ ਨਹੀਂ ਹੈਗਾ, ਕੁਛ ਨਹੀਂ ਹੈਗਾ, ਪੱਲਿਓਂ ਆਪਦੇ ਚਾਹ ਪੀਤੀ ਜਾਂਦੇ ਹਾਂ ਇੱਥੇ, ਸਵੇਰੇ 200-300 ਰੁਪਇਆ ਰੋਜ਼ ਖਰਚਾ ਹੋ ਜਾਂਦਾ ਜੀ, ਘਰ ਛੱਡ ਕੇ ਬੈਠੇ ਹਾਂ ਜੀ, ਹਾਂ ਕੁਛ ਨਹੀਂ, ਕੋਈ ਸਰਕਾਰ ਸੁਣਾਈ ਨਹੀਂ ਕਰਦੀ ਪਈ, ਬੈਠੇ ਹਾਂ ਰੋਜ਼ ਰਾਤ ਦਿਨ ਤੋੜ ਫੜਦੇ। ਮੇਰਾ ਨਾਮ ਸੋਨੂ ਹੈ, ਪਿੰਡ ਢਾਬਾ ਕੋਕਰੀਆਂ, ਮੰਡੀ ਝੋਨਾ ਲੈ ਕੇ ਆਏ, ਪਰੇਸ਼ਾਨੀ 6-7 ਦਿਨ ਹੋ ਗਿਆ ਆਇਆਂ ਨੂੰ ਤਾਂ ਝੋਨਾ ਤੋਲਦਾ ਨਹੀਂ ਪਿਆ ਜੀ, ਉਹ ਕਹਿੰਦੇ ਕਾਟ ਲਵਾਂਗੇ ਝੋਨਾ ਜਮਾਂ ਸੁੱਕਾ ਜੀ, ਹਾਂਜੀ ਹੋਈ ਹੈ ਜੀ, ਉਹ ਕਹਿੰਦੇ 5 ਕਿਲੋ ਕਾਟ ਲਵਾਂਗੇ ਹਾਈਬ੍ਰਿਡ ਅਤੇ 12 ਕਿਲੋ ਲਵਾਂਗੇ। ਆਹ ਜਿਹੜੇ ਸੈਲਰ ਵਾਲੇ ਪਚੇਜਰ ਆਉਂਦੇ ਹੋ, ਅਸੀਂ ਨਾ ਕਰਤੀ, ਜੋ ਸਰਕਾਰੀ ਰੇਟ ਆ 2320 ਰੁਪਏ ਉਹ ਚੱਕ ਲੈਣਾ ਆਪਦਾ, ਅਤੇ ਉਹ ਰੇਟ ਦੇਵਾਂਗੇ, ਬੈਠੇ ਹੋ ਗਏ 6-7 ਦਿਨ ਹੋ ਗਏ।
परेशानी इत बहुत है। हाँ जी परेशानी हैगी इत पशुआ का होर का रहना करना बहुत औखा जी। सी एम तो कहेंदे उन्होंने लारे है इतने किसान बहुत परेशान हो रहा सारी परेशान है सारी मंडी परेशान है कोई तुलदा नहीं पिया कोई 100 रुपये काट देता कोई कोई 150 रुपया क्विंटल पिछे काट दे आ जिमें कर लो 5 किलो काट हो गई क्विंटल पिछे कोई 6 किलो 7 किलो ए लाई आई वह चकते हैं जोड़ा नहीं काट दिता वह नहीं चकते हूँ बैठे ही जे तो सरकारी रेट लैन गए देवे नहीं तो आप बैठे ही इतने। देखो पहला भी सीएम साहब के बड़े दावे है जोड़े खोखले निकले आ उस तरह ही मंडिया वाला दावा है जोड़ा भी दाना दाना खरीदा भगवंत मान जी हजे मंडिया शुरुआत हुई है कोई विरला विरला किला वढ़िया लोगों ने तो जदों इतने मतलब सारा एकोदम वाढ़ी शुरू होगी 16-17 तरीक तो बाद उदों तो इतने पैर धरन थान नहीं मिलना गा तो हजे इन्हों का नहीं झोना चक्या जा रहा नाले सुक्का झोना है कोई मॉइस्चर का रौला नहीं कोई लैन नहीं देन नहीं फिर भी इन्हों तो किसी तो 10 किलो काट मंगी जा रही है किसी तो 5 किलो काट मंगी जा रही है तो इधर थोड़ा जहा ध्यान दो तुहाडे जिहड़े नुमाइंदे थले अपने हल्कियां दे लगे हुए आ MLA वगैरह जां हल्का इंचार्ज है उन्होंने चाहिए भी इन्होंने मंडिया चाहे ना किसानों की मजदूर की सार लई जाए क्योंकि इतने हजार मजदूर भी काम करते हैं तो कल्ले किसान नहीं औखे गए जे झोना रुली जाऊगा तो मजदूर भी औखे है सो इस करके उन्होंने सख्त शिकंजा कसन जिवें सीएम मान साहब ने कहा भी साडा जिहड़ा चोण करवाउणा असीं पिंडां दे सरबसंमतियां होण एरा वगैरह होवे असीं पिंडां च अपने सिंबल ते नहीं लड़ाउणा किसे नूं पर उन्होंने नुमाइंदियां दा पूरा जोर लग्या होया अपने सिंबल ते ही वो जिहड़े सरपंचां नूं लड़वा रहे आ ते पिंडां दे विच उही जिहड़ा पुराना अकाली दल जां कांग्रेस वेले हुंदा सी धड़ेबंदियां वैर विरोध उही सागी सेम हो रहा उदू वध हो रहा उदू घट नहीं हो रहा सो इस करके साडी सीएम साहब नूं अपील आ भी उन्हां ते ध्यान दित्ता जावे ते तुहाडे नुमाइंदियां नूं कहा जावे भी आ मंडियां दा ध्यान दिओ ना कि पंचायती चोणां वल ध्यान दिओ सरपंच जिहड़ा भी चुण के आवे पिंड दा सांझा होवे वो किसी भी पिंड वालों होवे वो ना किसी पार्टी का होवे सो इन्हीं बेनतियां प्रवान करो वाहिगुरू जी का खालसा वाहिगुरू जी की फतह। होर मरी साडे वालों तो जां मड़ी बड़ी दी हिदायतां मुताबक 1 तरीक तो पहले ही 25 तरीक तो अभी प्रबंध कर दिते सीगे मतलब जो सरकार दी हिदायतां मुताबक बिजली पानी छां दे सारे साफ सफाई सारे वालों प्रबंध कर दिता गया लेकिन होर मंडी दे विच जो झोना हजे लेट आया हजे भी तक भी बहुत गिला खड़ा सारे पासे अभी तो रोज मने अनाउंसमेंट भी कराई है भी गिला कोई झोना लैके ना आए मंडी के सुखा के लिया जाए तो जो हम 9 तरीक न पेल लिया 9 अभी परचेज शुरू करा दी थी साढ़े वालों तो अज भी परचेज चल रही है अजे भी परचेज चल रही है तो लिफ्टिंग अज हजे नहीं हुई अज लिफ्टिंग सवेरे वो जिमें अपने इंस्पैक्टर वालों कहा गया भी सवेरे अभी सारे शुरू कर देंगे नहीं कई दिन नहीं हरे आए हरे पहले कोई आदि मर्जी ना ही ले आए कोई गिला से मोचर तो साढ़े वालों पहले गेट से भी रोक मेरे वालों आप जाके ट्रालियां रोकिया जो मोचर ज्यादा सगा वह परचेज नहीं किया गया जो सुक्का बिल्कुल 14-14 मोचर है वो इंस्पैक्टर वालों सारे वालों परचेज कर दिता गया शेलर वाले वालों भी अज मान एस डी साहब सारे दफ्तर वे आए थे सारे शेलर वाले बुलाया तो कई वालों कहा कि हजे साड़ी लिंकेज नहीं हुई कहते मतलब कि हजे साड़िया एग्रीमेंटा हले होने वाली तो कल तक जो साड़िया हो जाएगी सोमवार तो बिल्कुल निर्विघन काम चल पेगा सारा वजह हूँ हले तक ध्यान नहीं आया कुछ जो कोई यह गल सा ध्यान आ रही सू दसो तो मेरे वालों तुरंत शहर वाले विरोध कार्रवाई की जूगी जरा बच्चे कराने वाला आढ़ती है इनवोल्व होगा तो वो विरोध भी कार्रवाई की जूगी झूठा साढ़े हजार क मीटिंग आ गया है ना फिर बहुत हाँ साढ़े परचेज शुरू करा दी थी यार हाँ परचेज हो गई है कल भी हुई है अज भी थोड़ी थोड़ी हुई है बस तो सोमवार तो पक्का लगातार चल पी साचेज।